अस्सलाम वालेकुम जी, मैं शहजाद डोगर, डोगर मोटर ननकाना साहब तो जी। अज माशाल्लाह जुमे रात का दिन है और कल असी जुमे रात सी ते कल असी ऑक्शन दे विच माशाल्लाह कारी साहब ने, डॉक्टर साहब ने, साडे वड्डे भाई ने इन्हां नूं गड्डी दित्ती सी इन्हां कोल लै के भाई कोल। भाई दा शोरूम है मौलाना शुकतली रोड ते। ਇਹਨਾਂ ਕੋਲ ਗੱਡੀ ਇਹਨਾਂ ਨੂੰ ਲੈ ਕੇ ਦਿੱਤੀ ਸੀ ਤੇ ਰਾਤੀ ਹਾਲਾਂਕਿ ਇਹਨਾਂ ਨੇ ਤਸੱਲੀ ਕੀਤੀ ਸੀ, ਲੇਕਿਨ ਇਹਨਾਂ ਨੇ ਕਿਹਾ ਕਿ ਅਸੀਂ ਸਵੇਰ ਫੇਰ ਤਸੱਲੀ ਕਰਾਂਗੇ ਗੱਡੀ। ਹੁਣ ਇਹਨਾਂ ਨੇ ਤਸੱਲੀ ਕੀਤੀ ਹੈ ਗੱਡੀ ਦੀ, ਥੋੜ੍ਹਾ ਜਿਹਾ ਕਹਿੰਦੇ ਕਿ ਮੇਰਾ ਨਾ ਯਾਰ ਮੈਂ ਦਿਲ ਨਹੀਂ ਖਲੋ ਰਿਹਾ। ਮੈਂ ਕਿਹਾ ਕੋਈ ਗੱਲ ਨਹੀਂ, ਨਹੀਂ ਖਲੋ ਰਿਹਾ ਤੇ ਕੋਈ ਗੱਲ ਨਹੀਂ। ਭਾਈ ਨੇ ਕਿਹਾ ਕਿ ਨਹੀਂ ਖਲੋਂਦਾ ਤੇ ਕੋਈ ਗੱਲ ਨਹੀਂ, ਆਪਣਾ ਟੋਕਨ ਵਾਪਸ ਲੈ ਲਓ। ਇਹਨਾਂ ਨੇ 50,000 ਰੁਪਇਆ ਟੋਕਨ ਦਿੱਤਾ ਸੀ ਇਹਨਾਂ ਨੂੰ। ਇਹ 50 ਬਹੁਤ ਅੱਛੇ ਔਰ ਬਹੁਤ ਪਿਆਰੇ ਭਾਈ ਨੇ ਸਾਡੇ, ਔਰ ਦਲੇਰ ਆਦਮੀ ਦਾ ਕੰਮ ਹੁੰਦਾ ਹੈ ਐਡਾ ਵੱਡਾ ਕੰਮ ਕਰਨਾ, ਇਹ ਕੰਮ ਛੋਟਾ ਨਹੀਂ ਹੈਗਾ। ਵੇਖੋ ਇਹ ਹੋ ਇਹਨਾਂ ਨੇ ਅੱਗੇ ਵੀ ਹਾਲਾਂਕਿ ਗੱਡੀ ਦਾ ਟੋਕਨ ਦਿੱਤਾ ਹੋਇਆ ਗੱਡੀ ਦਾ ਕਿਸੇ ਹੋਰ ਗੱਡੀ ਦਾ, ਲੇਕਿਨ ਫਿਰ ਵੀ ਕਹਿੰਦੇ ਨੇ ਕੋਈ ਗੱਲ ਨਹੀਂ, ਸਾਡੇ ਭਾਈ ਨੇ ਅਸੀਂ ਇਹਨਾਂ ਦੀ ਦਿਲ ਨਜ਼ਾਰੀ ਨਹੀਂ ਕਰਨੀ, ਅਸੀਂ ਆਪਣੇ ਰੱਬ ਨੂੰ ਨਾਰਾਜ਼ ਨਹੀਂ ਕਰਨਾ। ਅਤੇ ਇਹਨਾਂ ਨੇ 50,000 ਰੁਪਇਆ ਇਹਨਾਂ ਦਾ ਵਾਪਸ ਦੇ ਦਿੱਤਾ ਜੀ, ਤਾਂ ਕਿ ਇਹ ਵੀ ਆਪਣੇ ਘਰ ਸਕੂਨ ਨਾਲ ਜਾਣ, ਟੈਨਸ਼ਨ ਨਾ ਲੈਣ, ਕਿਉਂਕਿ ਇਹਨਾਂ ਨੇ ਗੱਡੀ ਲੈ ਕੇ ਵੀ ਬਾਅਦ 'ਚ ਟੈਨਸ਼ਨ 'ਚ ਰਹਿਣਾ ਸੀ ਅਤੇ ਉਹਨਾਂ ਨੇ ਆਖਿਆ ਸੀ ਇਹਨਾਂ ਨੂੰ ਟੈਨਸ਼ਨ ਨਹੀਂ ਦੇਣੀ, ਇਹ ਸਾਡੇ ਭਾਈ ਨੇ। ਇਹ ਬੜੀ ਵੱਡੀ ਦਲੇਰੀ ਦਾ ਕੰਮ ਹੈ ਅਤੇ ਔਰ ਅੱਛੇ ਬੰਦੇ ਦੀ ਨਿਸ਼ਾਨੀ ਹੈ। ਇਹ ਇਨਸਾਨੀਅਤ ਦੇ ਨਾਤੇ ਨਾਲ ਉਹਨਾਂ ਨੇ ਇਹਨਾਂ ਨੂੰ 50,000 ਰੁਪਇਆ ਦਿੱਤਾ, ਕਿਉਂਕਿ ਬਣਦਾ ਨਹੀਂ ਵੈਸੇ ਸੁਣਨ ਨਹੀਂ ਬਣਦਾ, ਕਿਉਂਕਿ 50,000 ਠੋਕ ਵਜਾ ਕੇ ਰਾਤੀ ਦਿੱਤੀ ਗੱਡੀ ਵੀ ਚੈੱਕ ਕਰ ਲਓ, ਤਸੱਲੀ ਕਰ ਲਓ, ਲੇਕਿਨ ਫਿਰ ਵੀ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਟੋਕਨ ਵਾਪਸ ਦਿੰਦੇ ਹਾਂ। ਡੋਗਰ ਸਾਹਿਬ ਦੇ ਸ਼ੋਰੂਮ ਦੇ ਡੀਲ ਹੋਈ ਹੈ ਅਤੇ ਅਸੀਂ ਆਉਂਦੇ ਵੀ ਸਾਡੀ ਅਸੀਂ ਫਿਰ ਵੀ ਇਹਨਾਂ ਨਾਲ ਕੰਮ ਕਰਨਾ ਅਤੇ ਇਹ ਟੋਕਨ ਮੈਂ ਇਹਨਾਂ ਨੂੰ ਵਾਪਸ ਦਵਾ ਰਿਹਾ ਜੀ 50,000 ਰੁਪਇਆ। ਲਿਹਾਜ਼ਾ ਅੱਜ ਤਾਂ ਉਹ ਟੋਕਨ ਵਾਪਸ ਹੋ ਗਿਆ। ਮੈਂ ਅੱਗੇ ਵੀ ਵੀਡੀਓ ਕਾਫੀ ਦਫ਼ਾ ਇਸ ਚੀਜ਼ 'ਤੇ ਬਣਾਈਆਂ ਨੇ ਕਿ ਯਾਰ ਤੁਹਾਡੀ ਮਿਹਰਬਾਨੀ ਇਹ ਕੰਮ ਨਾ ਕਰਿਆ ਕਰੋ। ਪਹਿਲੇ ਜਿੰਨੇ ਵੀ ਗੱਡੀ ਮੇਰੇ ਕੋਲੋਂ ਲੈਣੀ ਆ ਕੇ ਜਿਹਨੂੰ ਚੈੱਕ ਕਰਵਾਉਣੀ ਹੈ, ਜੇ ਤੁਸੀਂ ਕਿਤੇ ਪਾਰਕ ਵੀਲ ਤੋਂ ਚੈੱਕ ਕਰਵਾਉਣੀ ਹੈ, ਜਿੱਥੋਂ ਵੀ ਕਰਵਾਉਣੀ ਹੈ, ਜਾਂ ਕਿਸੇ ਮਿਸਤਰੀ ਨੂੰ, ਡਾਕਟਰ ਨੂੰ, ਜਿਹੜੇ ਨੂੰ ਵੀ ਨਾਲ ਲਿਆਉਣਾ, ਪਹਿਲੇ ਲੈ ਕੇ ਆਇਆ ਕਰੋ, ਬਾਅਦ 'ਚ ਨਾ ਲੈ ਕੇ ਆਇਆ ਕਰੋ। ਦੂਸਰੇ ਦਿਨ ਜਦੋਂ ਬਾਅਦ 'ਚ ਤੁਸੀਂ ਡਾਕਟਰ ਨੂੰ ਨਾਲ ਲੈ ਕੇ ਆਉਂਦੇ ਹੋ, ਸਾਰੀ ਗੱਲ ਤਾਂ ਸਾਰੇ ਫੀਸਾਂ ਵਾਲੇ ਡਾਕਟਰ ਹੁੰਦੇ ਨੇ ਅਤੇ ਅਸੀਂ ਫੀਸਾਂ ਨਹੀਂ ਕਿਸੇ ਨੂੰ ਦਿੰਦੇ। ਅਸੀਂ ਤਾਂ ਆਹ ਫੀਸ ਲੈਂਦੇ ਹਾਂ 11,000 ਰੁਪਇਆ ਅਕਲ ਆਪਦੀ ਇਹਨਾਂ ਕੋਲ ਲੈਣੀ ਹੁੰਦੀ ਤੇ 11,000 ਇਹਨਾਂ ਕੋਲ ਲੈਣੀ ਸੀ ਤੇ ਸਾਡਾ 20,000 22,000 ਦਾ ਸਾਡਾ ਵੀ ਨੁਕਸਾਨ ਹੋਇਆ। ਹਾਂਜੀ, 11ਵੀਂ ਸ਼ਰੀਫ ਦੇ ਨਾਲ ਰੱਖਿਆ ਜੀ ਅਸੀਂ ਅਤੇ ਇਹਨਾਂ ਦਾ ਵੀ ਨੁਕਸਾਨ ਹੋਇਆ ਵੀ ਇਹ ਵੀ ਪਰੇਸ਼ਾਨ ਹੋਏ। ਇਹਨਾਂ ਨੂੰ ਇਹ ਸੀ ਅੱਜ ਅਸੀਂ ਪੇਮੈਂਟ ਲਵਾਂਗੇ ਅਤੇ ਅੱਗੇ ਗੱਡੀ ਦੀ ਪੇਮੈਂਟ ਕਰਾਂਗੇ। ਵੇਖੋ ਕਿੰਨੇ ਘਰ ਦੇ ਸਟਰਬ ਹੋਏ ਨੇ ਇਸ ਵਜ੍ਹਾ ਤੋਂ। ਇਸ ਲਈ ਮੈਂ ਕਹਿੰਦਾ ਕਿ ਜਿੰਨੇ ਗੱਡੀ ਲੈਣੀ ਹੈ ਟੋਕਨ ਵਾਪਸ ਨਹੀਂ ਆਉਣਾ, ਤੁਹਾਡੀ ਮਿਹਰਬਾਨੀ। ਪਾਰਟੀਆਂ ਦੇ ਟੋਕਨ ਹੁੰਦੇ ਨੇ, ਮੈਨੂੰ ਸੁਬਹ ਤਕਰੀਬਨ 1 ਘੰਟੇ ਤੋਂ ਮੈਂ ਉਹਨਾਂ ਦੇ ਤਰਲੇ ਕਰ ਰਿਹਾ, ਤਰਲੇ ਕਰਕੇ ਅਤੇ ਵਾਪਸ ਕਰਵਾਇਆ ਟੋਕਨ, ਅਤੇ ਮੈਂ ਹੁਣ ਤਰਲੇ ਨਹੀਂ ਜੇ ਕਰਨੇ। ਤੁਹਾਡੀ ਖਾਤਰ ਤੁਹਾਡੀ ਮਿਹਰਬਾਨੀ। ਅੱਜ ਤੋਂ ਬਾਅਦ ਜਿੰਨੇ ਵੀ ਗੱਡੀ ਲੈਣੀ ਹੈ, ਰਾਤ ਨੂੰ ਲਵੇ, ਦਿਨੇ ਲਵੇ, ਆਪਸ਼ਨ 'ਚ ਲਵੇ, ਬਗੈਰ ਆਪਸ਼ਨ ਤੋਂ ਲਵੇ, ਮੈਂ ਟੋਕਨ ਵਾਪਸ ਨਹੀਂ ਜੇ ਕਰਾਉਣਾ, ਨਾ ਮੈਂ ਕਿਸੇ ਦਾ ਖਾਤਰ ਕਿਸੇ ਦਾ ਤਰਲਾ ਕਰਨਾ ਜੀ। ਤੁਹਾਡੀ ਮਿਹਰਬਾਨੀ ਹੈ, ਉਹਨਾਂ ਦੀ ਮਿਹਰਬਾਨੀ, ਉਹਨਾਂ ਸਾਡੀ ਇੱਜ਼ਤ ਰੱਖੀ ਹੈ, ਉਹਨਾਂ ਨੇ 50,000 ਵਾਪਸ ਕਰ ਦਿੱਤਾ। ਐਂ ਦਾ 50,000 ਰੁਪਇਆ ਜਾਂ ਹੋਵੇ, 5,000 ਹੋਵੇ, 10 ਹੋਵੇ, ਨਾ ਮੈਂ ਵਾਪਸ ਕਰਾਉਣਾ ਜੇ ਅਤੇ ਨਾ ਕਿਸੇ ਵਾਪਸ ਕਰਨਾ ਜੇ। ਆਪਣੀ ਤਸੱਲੀ ਕਰਕੇ ਠੋਕ ਵਜਾ ਕੇ ਗੱਡੀ ਲਿਆ ਕਰੋ, ਬਾਅਦ 'ਚ ਮੈਨੂੰ ਨਾ ਦੂਸਰੇ ਦਿਨ ਕਿਹਾ ਕਰੋ। ਮੈਂ 1 ਘੰਟੇ ਦਾ ਹਾਲਾਂਕਿ ਟਾਈਮ ਦੇਣਾ ਕਿ 1 ਘੰਟਾ ਤੁਹਾਡੇ ਕੋਲ ਟਾਈਮ ਹੈ, ਚੈੱਕ ਕਰੋ, ਤਸੱਲੀ ਕਰੋ, ਗੱਡੀ ਨਹੀਂ ਪਸੰਦ ਆਉਂਦੀ ਤਾਂ ਵਾਪਸ ਹੋ ਜਾਏਗੀ। 1 ਘੰਟੇ ਤੋਂ ਬਾਅਦ ਵੀ, 1 ਘੰਟੇ ਤੋਂ ਬਾਅਦ ਵੀ, 2 ਘੰਟਿਆਂ ਤੋਂ ਬਾਅਦ ਵੀ ਵਾਪਸ ਕਰ ਦਿਓ, ਕੋਈ ਗੱਲ ਨਹੀਂ। ਲੇਕਿਨ ਜਿਹੜਾ ਸਵੇਰੇ ਵਾਪਸ ਕਰਨਾ ਨਾ, ਇਹ ਬਹੁਤ ਗਲਤ ਕੰਮ ਹੈ। ਤੁਹਾਡੀ ਮਿਹਰਬਾਨੀ, ਆਇੰਦਾ ਕੋਈ ਐਸਾ ਕੰਮ ਨਾ ਕਰੇ। ਤੁਸੀਂ ਮੇਰੇ ਭਾਈ ਹੋ, ਕਿਸੇ ਦੀ ਦਿਲ ਆਜ਼ਾਰੀ ਨਾ ਮੈਂ ਕਦੀ ਕੀਤੀ ਹੈ ਅਤੇ ਮੈਂ ਨਾ ਮੇਰੀ ਵਜ੍ਹਾ ਤੋਂ ਨਾ ਕਿਸੇ ਦੀ ਹੋਵੇ। ਇਸ ਲਈ ਮੈਂ ਵਾਅਦਾ ਕਰਨਾ ਕਿ ਟੋਕਨ ਨਹੀਂ ਵਾਪਸ ਹੋਣਾ। ਤੁਹਾਡੀ ਮਿਹਰਬਾਨੀ।